ਮੈਂ ਰਾਹਾਂ 'ਚ ਖਲੋ ਕੇ ਰਾਹ ਲੱਭਦਾ ਰਿਹਾ, ਮੈਂ ਜ਼ਿੰਦਾ ਲਾਸ਼ਾਂ 'ਚ ਫਿਰ ਕੇ ਸਾਹ ਲੱਭਦਾ ਰਿਹਾ, ਮੈਂ ਵੀ ਕਿੱਡਾ ਪਾਗਲ ਸਾਂ ਯਾਰੋ, ਪੱਥਰਾਂ ਕੋਲੋਂ ਵਫਾ ਲੱਭਦਾ ਰਿਹਾ। ਮੈਂ ਰਾਹਾਂ 'ਚ ਖਲੋ ਕੇ ਰਾਹ ਲੱਭਦਾ ਰਿਹਾ। ਤੁਹਾਡਾ ਕੋਈ ਰਾਹ ਸਿੱਧਾ ਹੈ? ਉਹ ਪੁੱਠੀਆਂ ਰਾਹਾਂ ਦੇ ਮੁਸਾਫਰੋ, ਆ ਕੰਮ ਛੱਡ ਦਿਓ, ਤੁਹਾਡੀ ਵਜ੍ਹਾ ਨਾਲ ਪਿੰਡੀ ਬਾਰਿਸ਼ਾਂ ਪਈਆਂ ਨੇ। ਫਾਖਰਾ ਤਨਵੀਰ ਵਾਲੇ ਐਕਸਪ੍ਰੈਸ਼ਨ ਦੇਣ ਡਿਆ, ਮਜ਼ਾ ਆ ਗਿਆ। ਲੇਕਿਨ ਜੋ ਤੇਰੀ ਮਾਂ ਨੇ ਮੌਜਾਂ ਕਰਾਈਆਂ, ਉਹ ਭਾਈ ਤੈਨੂੰ ਉਹ ਤੈਨੂੰ ਕੀ ਕਰਾ ਗਈ, ਮੈਨੂੰ ਲਿਖ ਕੇ ਦੇ ਦੇ ਯਾਰ। ਇਹ ਸ਼ਾਇਰੀ ਪਤਾ ਕਿਉਂ ਅੱਛੀ ਕਰਦਾ? ਕਿਉਂ? ਇਹਦੀ ਵਾਲਦਾ ਜਿਹੜੀ ਨਾ ਚਾਚੇ ਗਾਲਬ ਦੀ ਵੀ ਬੜੀ ਅੱਛੀ ਦੋਸਤ ਸੀ, ਭਾਈ ਕਿਹਦੇ ਨਾਲ ਆਇਆ ਯਾਰ? ਅੱਲਾ ਕਰੇ ਤੇਰੀਆਂ ਬੱਚੀਆਂ ਸ਼ਰੀਫ ਹੋ ਜਾਣ ਕੰਜਰਾ, ਅੱਲਾ ਕਰੇ ਤੇਰੀ ਦੋ ਨੰਬਰ ਸ਼ੋਰਾ ਲੜੇ ਹੋਏ ਬੇਟੇ। ਗੱਲਾਂ ਤੰਗ ਕਰਨਾ, ਮੈਂ ਬੁਲਾਉਣਾ ਹੁਣ ਜਦੋਂ ਤੇ ਚੱਲ ਬੁਲਾ ਲੈ। ਆ ਬਾਉ ਜੀ ਬਾਹਰ ਆਓ, ਬਾਉ ਜੀ ਆ ਬਾਉ। ਅਰੇ ਆਪ ਲੋਕ, ਮੈਂ ਸਦਕੇ ਜਾਵਾਂ, ਜੀਜਾ ਜੀ ਆ ਗਏ ਨੇ। ਜੀਜਾ ਜੀ, ਜੀਜਾ ਜੀ, ਜੀਜਾ ਜੀ, ਆ ਜੀਜਾ ਜੀ ਚਾ, ਜੀਜਾ ਜੀ, ਜੀਜਾ ਜੀ, ਜੀਜਾ ਜੀ, ਤੈਨੂੰ ਤਾਂ ਚਾਹੀਦਾ ਤੀਜਾ ਜੀ। ਵੇ ਜਵਾਈ ਭਾਈ, ਉੱਡੇ ਰਾਂ ਗਲਿਆ ਤੇਰੇ ਘਰ ਆ, ਨਾ ਤੁਹਾਨੂੰ ਬਹਿ ਰਹਾ ਸੀ ਕਿ ਨਾ ਕਿਸੇ ਨੇ ਸੰਚਾ ਪਾਣਾ ਪੁੱਛਿਆ। ਮੇਰੇ ਆਪ ਲੋਗੋ ਸੇ ਮਨਾ ਕੀਆ ਥਾ ਯਹਾਂ ਨੇ। ਜੀਜਾ ਜੀ, ਕੀ ਸਾਡੀ ਜ਼ਿੰਦਗੀ ਹੈ? ਹੁਣੇ ਮੈਂ ਇੱਕ ਭਾਈ ਨਾਲ ਮੋਟਰਸਾਈਕਲ ਤੇ ਬਹਿ ਕੇ ਆਈ ਆ, ਰਾਹ 'ਚ ਮੈਨੂੰ ਪੁਲਿਸ ਵਾਲਿਆਂ ਨੇ ਫੜ ਲਿਆ। ਮੈਨੂੰ ਕਹਿੰਦੇ ਨੇ ਜੀ ਇਹਦੇ ਨਾਲ ਤੂੰ ਬਹਿ ਕੇ ਆਈ ਹੈ, ਤੇਰਾ ਕੀ ਲੱਗਦਾ? ਮੈਂ ਕਿਹਾ ਲੱਗਦਾ ਤੇ ਕੁਝ ਨਹੀਂ, ਜਦੋਂ ਬ੍ਰੇਕ ਲੱਗਦੀ ਹੈ ਤੇ ਥੋੜਾ ਜਿਹਾ ਲੱਗਦਾ। ਆਪਣੀ ਭੈਣ ਮਿੱਠੀ ਦੇ ਭੈਣ ਦੀ ਵਜ੍ਹਾ ਨਾਲ ਡਰਾਈਵਰੀ ਸਿੱਖਣ ਆਣਾ, ਤੈਨੂੰ ਮੌਤ ਦੇ ਖਾਤਾ ਨਾ। ਕੰਜਰਾ ਦਾ ਮੁੰਡਾ ਹੈ, ਅਗੇ ਭੈਣ ਦਾ ਅਸਰ ਹੋਇਆ, ਆਪਣੇ ਉਹਨੇ ਡੋਲੇ ਬਣਾਏ ਨੇ। ਮਾਮੀ ਸੰਗੀਤਾ ਦਾ ਮੁੰਡਾ, ਉਹ ਜਿਹੜੀ ਲਾਲਪੁਰ ਖੋਖੇ 'ਚ ਟਾਈਮ ਲਾਉਂਦੀ ਸੀ, ਮੇਰਾ ਵੀਰ ਖੋਖੇ 'ਚ ਟਾਈਮ ਲਾਉਂਦੀ ਸੀ, ਖੋਖੇ 'ਚ ਮਿੰਟ ਲਾਉਂਦੀ ਸੀ ਯਾਰ। ਸਾਡੀ ਮਾਮੀ ਦਾ ਪੁੱਤਰ, ਮਾਮੀ ਦਾ ਪੁੱਤਰ ਯਾਰ, ਸਮਝਾ ਇਹਨਾਂ ਨੂੰ, ਤੂੰ ਕਿੰਨਾ ਕੰਜਰਾਂ 'ਚ ਫਸ ਗਿਆ ਯਾਰ। ਕੰਜਰਾਂ 'ਚ ਵਿਆਹ ਕਰਾਉਣਾ ਸੀ, ਕੋਈ ਸ਼ਰੀਫ ਜਿਹਾ ਕੰਜਰ ਲੱਭ ਲੈਣੇ ਨੇ। ਇਹਦੀ ਮਾਂ ਸ਼ਰੀਫ ਵੀ ਕੁਆਂਦੀ ਹੁੰਦੀ ਸੀ, ਇਹਦੀ ਤੁਸੀਂ ਦੱਸੋ, ਮੈਂ ਤੁਹਾਡੇ ਰਿਸ਼ਤੇਦਾਰ ਨੂੰ ਡਾਕੇ ਰੱਖਣਾ ਇੱਥੇ, ਬਹੁਤ ਹੀ ਅੰਦਰ ਜਾਓ ਤੁਸੀਂ, ਗੱਲਾਂ ਕਰ ਮੇਰੀ ਭੈਣ ਨੂੰ ਹੱਥ ਲਾਤਾ, ਤੂੰ ਪੈਸੇ ਲੈ ਲੈ। ਹਾਂ ਹਾਂ ਆ ਜਾਊਂਗੀ ਇੱਕ ਮਿੰਟ ਜਰਾ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਇਸ ਫੋਨ ਤੇ ਮੋਬਾਈਲ ਨੰਬਰ ਹੋ ਜਾਂਦਾ ਜੀ ਨਹੀਂ ਆਪ ਕੋ ਮੇਰਾ ਨਾ ਬਾਲੀ ਤੇ ਮੈਂ ਦਿਲ ਨਸ਼ੀ ਦਾ ਭਰਾ ਵਾਂ ਇੱਕ ਨੰਬਰ ਤੇ ਮਿਲਾਓ
ਇੱਕ ਪੀਸ ਹੁਣ ਇਸ ਕੋਠੀ ਤੋਂ ਉਸ ਕੋਠੇ ਤੇ ਜਾਏਗਾ, ਤੇ ਜੇ ਤੂੰ ਮੇਰਾ ਇਹ ਕੰਮ ਲੈਣਾ ਕੀਤਾ ਮਾਮਾ, ਤੇ ਮੈਂ ਤੇਰੀ ਸੰਗੀ ਘੋੜ ਦੇਣੀ ਹੈ। ਹਾਏ ਮਾਰ ਦੇ ਮਾਮੇ ਨੂੰ, ਸ਼ਾਇਦ ਵੀਰ ਤੇਰੇ ਕਿਸੇ ਰਾਤ ਮੈਂ ਵੀ ਸਕੂਨ ਨਾਲ ਸੌਂ ਸਕਾਂ। ਬਨਵਈਆ ਵੇਖ ਜਿਵੇਂ ਫੱਕ ਖਾਣ ਵਾਲਾ ਖੋਟਾ ਹੁੰਦਾ। ਕਹੋ ਬਰਾ ਚਲੀਏ। ਸ਼ਹਿਬਾਜ਼, ਅਰੇ ਆਂਟੀ ਆ, ਉਹ ਇਹ ਤੇਰੇ ਮੰਮੀ ਕੋ ਬੁਲਾ ਦੋ। ਮੰਮੀ ਕੋ ਬੜਾ ਵਰਦਾ ਹੀ ਜਾ ਕੇ। ਇਹ ਤੁਸੀਂ ਸ਼ਹਿਜ਼ਾਦੀ ਆਂਟੀ ਹੋ ਜੀ, ਤੇ ਸਾਡੀ ਵੀ ਆਂਟੀ ਹੋ ਗਏ। ਲੇਕਿਨ ਕਹਿੰਦੇ ਸਾਡੀ ਕੁੜੀ ਇਸ ਘਰ ਚ ਵਿਆਹ ਕੇ ਆਈ ਹੈ ਨਾ। ਅੱਛਾ, ਇਹ ਸਾਡੇ ਮਾਮਾ ਜੀ ਕਰਮਾ ਲੈ ਬੜੇ ਚੰਗੇ ਆਦਮੀ ਜੇ, ਬੜੇ ਹਾਈ ਕਲਾਸ ਦੇ ਲੋਕ ਇਹਨਾਂ ਦੇ ਜਾਣਦੇ ਜੇ। ਉਹ ਤੁਸੀਂ ਸਾਡੇ ਰਿਸ਼ਤੇਦਾਰ ਹੋ, ਸਾਡੇ ਘਰ ਆਣਾ, ਤੁਸੀਂ ਸਾਡੇ ਘਰ ਆਓਗੇ ਨਾ, ਸਾਡੇ ਮਾਮਾ ਜੀ ਤੁਹਾਡਾ ਵੀ ਕੋਈ ਚੰਗਾ ਕੰਮ ਕਰਾ ਦੇਣਗੇ। ਮੇਰਾ ਵੀ ਤਾਰਫ ਕਰਾ। ਇਹ ਜੇ ਮੇਰਾ ਭਰਾ ਬਾਲੀ, ਅਸੀਂ ਪਹਿਲਾਂ ਉਹਨੂੰ ਵੀਡੀਓ ਸੈਂਟਰ ਕਾਲ ਕੀਤਾ ਸੀ ਹੀਰਾ ਮੰਡੀ, ਸਾਰਾ ਕੰਜਰਾਂ ਦੀ ਧੀਆਂ ਨੂੰ ਖਵਾਤਾ ਸੀ। ਤਰੰਨਮ ਚੌਂਕ ਦੇ ਵਿੱਚ ਕਰਕੇ ਦੁਕਾਨ ਸੀ, ਤੇ ਹੁਣ ਇਹਦੇ ਸਾਊਂਡ ਸਿਸਟਮ ਪਾ ਕੇਤਾ। ਤੁਹਾਡੇ ਘਰ ਕੋ ਫੰਕਸ਼ਨ ਹੋਵੇ ਨਾ, ਸਾਨੂੰ ਦੱਸਣਾ, ਤੁਹਾਡੇ ਘਰ ਫ੍ਰੀ ਕਰਾਂਗੇ। ਪੈਸਾ ਇੱਕ ਨਹੀਂ ਲਵਾਂਗੇ। ਮੈਂ ਕਿਹਾ ਮਿੱਠੀਏ, ਸ਼ਿਜ਼ਾਨ ਪੀਣ ਨੂੰ ਦਿਲ ਕਰਦਾ, ਐਸਾ ਨਾ ਕਰਾ ਲਈ ਚੁੱਚਿਆ। ਚਲਾ ਲਾ ਚਲੀਏ ਮਾਮਾ, ਸਪੁਰਦੇ ਸ਼ਿਜ਼ਾਨ। ਐਕਸਕਿਊਜ਼ ਮੀ ਜੀ, असल में मैं आप लोगों को फर्स्ट टाइम इस घर में देख रही हूँ। कौन लोग हैं आप? आप बोल नहीं सकते? अच्छा, गूंगे हैं, तो फिर मेरी बात का जवाब तो दीजिए। ये क्या बदतमीजी कर रहे हैं आप? देखे कुछ तो मुंह से बोले। ये कौन सा अंदाज है बात करने का? My God, देखे मेरे साथ तमीज से पेश आए वरना मजा चखा दूंगी। ए हो तो मचाना। शहनाज, ये वो मिट्टू के मिलने वाले थे। मिट्ठू के मिलने वाले थे? हाँ हाँ। अच्छा खैर छोड़ो, तुम तो यूं ही हर वक्त घबराई रहती हो। अरे यूं ही तो नहीं घबरा रही थी, यूं ही तो नहीं मेरा दिल लरज रहा था। भाई अब तो घर आ गया है ना, मैं भी उसे समझा दूंगी, और वैसे भी इकलौते बेटे बहुत तंग किया करते हैं। अरे अब तो जिंदगी भर के तंग करने का सामान ले आया है। भाई आज के दौर में अगर बेटियां अपनी पसंद का ऐलान कर दे तो वालदैन को सर झुकाना पड़ता है, और तुम्हारा तो बेटा अपनी पसंद की शादी कर लाया है, इसमें कौन सी कियामत आ गई? नहीं शहनाज, ये रीत अगर इस घर में चल निकली तो मैं तो कहीं की ना रहूंगी। भाई किरण एक समझदार लड़की है, और उसने तुम जैसी साबिर माँ का दूध पिया है। दूध तो बेटे ने भी पिया था। अम्मा जी ने देखिए, भले तो जोड़े भाभी को बिन देखे बनाए थे, लेकिन ना पैसा पूरा आया है, जैसे इन्हीं के लिए बनवाए गए। बहू है मेरी, माशाल्लाह प्यारी है, नाम क्या है? दिलनशी नाम है भाभी का, और आती है हमारे दिल में घर करके। लेकिन कोई रौनक नहीं लगी, कोई मेहंदी वेहंदी, कोई खाना वाना? आंटी दिल तो बहुत चाहता है, लेकिन अम्मी जान नहीं मान। क्यों नहीं मान रही कनेर? भाई आखिर बच्चे हैं, उनकी खुशियाँ पूरी होने दो। भाई अब इस घर में रौनक भी लगेगी, मेहंदी की रस्म भी होगी, और खाना भी होगा। लेकिन खाने के क्या कहते, खाने में तो वैसे भी पाबंदी है, गर्म बोतल, ठंडा समोसा। किरण जी, तुम ऐसे करो मेहमानों की लिस्ट तैयार करो। जी अच्छा आंटी, ये मेहमानों की लिस्ट में मेरा नाम भी लिख लेना। क्या हो गया तुम्हें मिठू? जी जानू, ओ बिस्मिल्लाह, अस्सलाम वालेकुम, साडे घर शिल्पा शेट्टी आई है। अपना ओ क्रेनर नु जानदे हो? हां बाहर है, उन्हें खादे तही कहंदा किते कल्ले मिल ते दे रही यार। अच्छा औरता बैठी, फिर ले लेना कोई गल नहीं। जी की है? ए बाहर देखो कोई आया है। ए ऐनक दूर दी है जी, ते इथो बह के देख लो कौन आया है। ये तो शुरू से मजाक। भाई दस्तूर तो ये है कि मुंह दिखाई की रस्म तोहफे के बगैर नहीं होती, लेकिन तुम्हारा तोहफा हम पे उधार रहा। ए पहले नगद तक वसूल करो। वेरी गुड। ए किराने वाले ने नहीं दिता। किसी सेठ दिलावर ने तुम्हारे बीवी के नाम ये खत और तोहफा भेजा है।
میرے معصوم دوست اور میرے بے خبر دشمن. معصوم دوست اس لیے کہا کہ تم